ਲੰਬੀ ਦੌੜ ਚੱਲ ਰਹੀ ਸੀ ਕੀਨੀਆ ਦਾ ਏਬਲ ਮੁਤਈ, ਉਹ ਅਚਾਨਕ ਨਾ ਜਿੱਤਣ ਵਾਲੇ ਸਾਈਨ 'ਚ ਗੜਬੜ ਖਾ ਗਿਆ ਅਤੇ ਉੱਥੇ ਰੁਕ ਗਿਆ। ਉਹਦੇ ਪਿੱਛੇ ਕੁਝ ਕੁ ਫੁੱਟ 'ਤੇ ਹੀ ਇੱਕ ਸਪੈਨਿਸ਼ ਖਿਡਾਰੀ ਆ ਰਿਹਾ ਸੀ ਉਹਦੇ ਨਾਲ ਭੱਜਦਾ ਹੋਇਆ। ਉਹਨੇ ਉਹਨੂੰ ਬੜਾ ਜ਼ੋਰ ਦੀ ਕਿਹਾ ਕਿ ਭੱਜ 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 ਭੱਜ, ਉਹਨੂੰ ਸਮਝ ਨਾ ਆਇਆ ਉਹ ਕੀਨੀਆ ਦਾ ਸੀ, ਉਹਨੂੰ ਉਹ ਸਪੈਨਿਸ਼ ਬੋਲ ਰਿਹਾ ਸੀ। ਫਿਰ ਉਹਨੂੰ ਪਤਾ ਲੱਗ ਗਿਆ ਕਿ ਇਹਨੂੰ ਸਮਝ ਨਹੀਂ ਆ ਰਿਹਾ ਅਤੇ ਭੁਲੇਖੇ 'ਚ ਆ, ਪਜ਼ਲ ਹੋ ਗਿਆ। ਅਤੇ ਉਹਨੇ ਉਹਨੂੰ ਆਪਣੇ ਤੋਂ ਪਹਿਲਾਂ ਧੱਕਾ ਦੇ ਕੇ ਅਤੇ ਜਿਤਾ ਦਿੱਤਾ। ਪੱਤਰਕਾਰ ਨੇ ਪੁੱਛਿਆ ਕਿ ਤੂੰ ਇਹਨੂੰ ਕਿਉਂ ਜਿਤਾਇਆ? ਉਹ ਕਹਿੰਦਾ ਮੈਂ ਇੱਕ ਐਸਾ ਭਾਈਚਾਰਾ ਦਾ ਸੁਪਨਾ ਵੇਖਦਾ ਵਾਂ ਕਿ ਜਿਹੜਾ ਅਸੀਂ ਇੱਕ ਦੂਜੇ ਨੂੰ ਧੱਕੇ ਨਾਲ ਮਦਦ ਕਰਕੇ ਜਿਤਾ ਸਕੀਏ। ਉਹ ਕਹਿੰਦਾ ਪਰ ਉਹ ਤਾਂ ਕੀਨੀਆ ਦਾ ਸੀ। ਕਹਿੰਦਾ ਪਰ ਉਹ ਡਿਜ਼ਰਵ ਕਰਦਾ ਸੀ, ਉਹ ਦੌੜਦੇ ਨੇੜੇ ਸੀ, ਜਿੱਤ ਉਹਦੀ ਸੀ। ਕਹਿੰਦਾ ਤੂੰ ਜਿੱਤ ਸਕਦਾ ਸਾਂ? ਕਹਿੰਦਾ ਨਹੀਂ, ਉਹਦਾ ਹੱਕ ਸੀ ਅਤੇ ਉਹਨੂੰ ਜਿੱਤਣਾ ਚਾਹੀਦਾ ਸੀ। ਪਰ ਕਹਿੰਦਾ ਇਹ ਤਾਂ ਫਿਰ ਤੈਨੂੰ ਕੀ ਫਾਇਦਾ ਹੋਇਆ? ਕਹਿੰਦਾ ਇਹ ਫਾਇਦੇ ਦੇ ਨਹੀਂ, ਮੈਡਲ ਲੈ ਕੇ ਇਹਦਾ ਇਹ ਸਨਮਾਨ ਦਾ ਮੈਨੂੰ ਕੀ ਫਾਇਦਾ ਹੋਣਾ ਸੀ? ਕਹਿੰਦਾ ਜਿੱਤ ਤਾਂ ਉਸਦਾ ਹੱਕ ਸੀ, ਅਤੇ ਜੇ ਮੈਂ ਜਿੱਤ ਵੀ ਜਾਂਦਾ ਤਾਂ ਕਹਿੰਦਾ ਮੇਰੀ ਮਾਂ ਨੇ ਕੀ ਸੋਚਣਾ ਸੀ? ਸੋ ਸੋਚੋ ਮੈਡਲ ਨਾਲੋਂ ਮਾਂ ਅਤੇ ਸੰਸਕਾਰ ਕਿੰਨੇ ਕੀਮਤੀ ਨੇ। ਅੱਜ ਅਸੀਂ ਆਪਣੀਆਂ ਕਦਰਾਂ ਕੀਮਤਾਂ ਸੰਸਕਾਰ ਭੁੱਲ ਗਏ ਹਾਂ, ਪਰ ਬਾਹਰ ਦੇ ਲੋਕ ਅਜੇ ਵੀ ਆਪਣੀ ਜੱਦੀ ਵਿਰਾਸਤ ਕਦਰਾਂ ਕੀਮਤਾਂ ਸੰਸਕਾਰ ਸਾਂਭੀ ਫਿਰਦੇ ਆ। ਜ਼ਿੰਦਾਬਾਦ ਇਵਾਨ ਫਰਨਾਂਡਿਸ, ਸਪੇਨ ਦਾ ਖਿਡਾਰੀ।